तेरी यार नू दे बने नू फिर तेरे देखो मगर दे मुंडे तरनाट नू ਕਿੱਡਾ ਸੋਹਣਾ ਹੈ, ਉੱਚਾ ਲੰਮਾ ਹੈ, ਹੱਟਾ ਫੱਟਾ ਪਿਆ ਪਤੰਦਰ। ਸਹੀ ਹੈ, ਐਵੇਂ ਜੱਟਾਂ ਦੇ ਦਿਹਾੜੀਆਂ ਕਰਦਾ ਫਿਰਦਾ ਹੈ। ਕਰਨ ਦੇ ਆਪਾਂ ਨੂੰ ਕੀ, ਜੇ ਕਿਤੇ ਫਿਲਮਾਂ 'ਚ ਵਗ ਜੇ ਨਾ, ਗਿੱਪੀ ਸਿੱਪੀ ਤੇ ਜਲਜੀਤ ਵਰਗਿਆਂ ਦੀ ਮਾਰਕੀਟ ਹੀ ਖਤਮ ਕਰਦੇ ਪਤੰਦਰ। ਸਹੀ ਗੱਲ ਆ ਬਾਈ, ਇੱਥੋਂ ਤੱਕ ਕਿ ਸਲਮਾਨ ਖਾਨ ਵਰਗਿਆਂ ਦੀ ਰੋਜੀ ਰੋਟੀ ਖੋਲੇ। ਹਾਂ, ਪਰ ਇਹਨੂੰ ਮੋਟੀ ਬੁੱਧੀ ਵਾਲੇ ਨੂੰ ਕੌਣ ਸਮਝਾਵੇ ਹੁਣ, ਇਹਨੂੰ ਤਾਂ ਮੱਤ ਦੇਣੀ ਮਾੜੀ ਹੈ। ਮੇਰੀ ਗੱਲ ਤਾਂ ਜਮਾਂ ਠੀਕ ਆ ਬਾਈ, ਮੇਰਾ ਬਾਪੂ ਕਹਿੰਦਾ ਸੀ ਕਿਸੇ ਨੂੰ 10 ਰੁਪਏ ਦੇ ਦੀ ਪਰ ਮੱਤ ਨਾ ਦਵੀਂ। ਜੇ ਕਿਤੇ ਪਤੰਦਰ ਇਹ ਕੱਲ ਨੂੰ ਸੁਪਰ ਸਟਾਰ ਬਣ ਗਿਆ, ਆਪਣੇ ਵਰਗਿਆਂ ਨੂੰ ਨੇੜੇ ਨੀ ਲੱਗਣ ਦੇਣਾ, ਮਾਸਾ ਨੀ ਲੱਗਣ ਦੇਣਾ। ਵਧੀਆ ਗਰੀਬ ਹੈ, ਗਰੀਬੀ ਚ ਮਰਨ ਦੇ ਸਾਰੇ। ਨਾਲੇ ਆਪਾਂ ਨੂੰ ਕੀ, ਚੱਕ ਉਹ ਜਿਟ ਬੈਠਾ ਤੇਰਾ ਬੱਠਲਾ ਤੇਰਾ, ਕੋਈ ਸਾਰੀ ਉਮਰ ਦਿਹਾੜੀਆਂ ਥੋੜੀ ਲਿਖੀਆਂ ਹੋਈਆਂ ਨੇ ਕਰਮਾਂ ਚ ਯਾਰ, ਵੀ ਤੇਰੀ ਦਿਹਾੜੀ ਕਰਨੀ ਹੈ। ਗੱਲ ਤਾਂ ਸਹੀ ਕਹਿੰਦਾ ਸੀ ਉਹ, ਹੈ ਨਾ, ਉੱਚਾ ਲੰਮਾ ਗੋਰਾ ਚਿੱਟਾ, ਲੈ ਉੱਤੋਂ ਡੋਲੇ ਵੀ ਬਣੇ ਹੋਏ ਨੇ, ਕੰਮ ਕੀ ਥੋੜ੍ਹਾ ਕਰਿਆ ਆਪਾਂ ਨੇ, ਡੋਲੇ ਤਾਂ ਬਣ ਨਹੀਂ ਦੇ। ਲੈ ਪੱਟ ਪਿੰਨਣੀਆਂ, ਇਹਦੇ ਜਮੀ ਸੁਪਰ ਸਟਾਰ ਵਾਲੀਆਂ ਨੇ ਓਏ, ਆਪਣੇ ਭੈਣ ਘੜੀਏ ਕੰਮ ਕਰਨ ਦੀ, ਘਰ ਬਣਦੇ ਆਪਾਂ। ਜਦੋਂ ਤੂੰ ਸੁਪਰ ਸਟਾਰ ਬਣ ਗਿਆ, ਹਾਏ ਫਿਰ ਮੈਂ ਬਣਾਊਂਗਾ ਸੌਂਕਣ ਸੌਂਕਣੇ 2। ਹਾਏ ਇੱਧਰ ਬੈਠੀ ਹੋਊਗੀ ਸਰਗਣ ਮਹਿਤਾ, ਮੋਢੇ ਨਾਲ ਮੋਢਾ ਜੋੜ ਕੇ, ਇੱਧਰ ਬੈਠੇ ਹੋਊਗੇ ਨਿਮਰਤ ਖਹਿਰਾ, ਹਾਏ ਇੱਥੇ ਹੱਥ ਰੱਖ, ਨਜ਼ਾਰੇ ਆਉਣਗੇ ਨਜ਼ਾਰੇ ਜਾਣਗੇ, ਮੈਂ ਕਦੇ ਇੱਧਰ ਦੇਖੂ ਕਦੇ ਇੱਧਰ ਦੇਖੂ, ਸੁਪਰ ਸਟਾਰ ਤਰਨਾਟ, ਸੁਪਰ ਸਟਾਰ ਤਰਨਾਟ। ਆਹ ਬੈਂਟੀਆਂ ਠੰਡੀਆਂ, ਸਿਆਲ 'ਚ ਗਰਮ, ਹਾਲੀਵੁੱਡ ਬਾਲੀਵੁੱਡ ਸਾਲੀਵੁੱਡ, ਆਪਾਂ ਹੀ ਹੋਵਾਂਗੇ ਸੁਪਰ ਸਟਾਰ ਤਰਨਾਟ। ਆ ਸੁੱਕੀ ਬੈਠਾ, ਹਾਂ ਉਰਿਆ ਸਾਲਾ, ਕੀ ਤੇਰੇ ਕਰੰਟ ਲਾਤਾ, ਕਿਵੇਂ ਇਹ ਕਰਿਆ ਮੇਰੀ, ਤੈਨੂੰ ਮੈਂ ਦਿਸਦਾ ਨੀ, ਤੇ ਦਿਸਣ ਤੇ ਦਿਆਂ ਬੈਠਾ, ਔਰ ਕਿਤਨਾ ਦੇਖਣਾ ਤੂੰ। ਉਹ ਸੁਪਰ ਸਟਾਰ ਤਰਨਾਟ ਆ, ਹੀਰੋ ਮੈਂ ਹੀਰੋ। ਉਹ ਤੂੰ ਮੇਰੀ ਗੱਲ ਸੁਣ ਲੈ, ਫੋਟੋ ਫਾਟੋ ਹੁਣੇ ਕਰਾ ਲੈ, ਜੇ ਕਰਾਉਣੀ ਹੈ ਫਿਰ ਨਹੀਂ ਟਾਈਮ ਲੱਗਣਾ, ਫਿਰ ਤਾਂ ਮੇਰੇ ਬਾਡੀ ਗਾਰਡਾਂ ਨੇ ਲਵੀ ਨਹੀਂ ਲੱਗਣ ਦੇਣਾ ਤੈਨੂੰ। ਹੁਣ ਜੇ ਫੋਟੋ ਕਰਾ ਲੇਗਾ ਤੇਰਾ ਫਾਇਦਾ ਹੋਜੂ, ਤੂੰ ਆ ਜਾ ਕਰੀ ਬਾਡੀ ਗਾਰਡਾਂ ਨੂੰ ਦਿਖਾ ਦਿਆ ਕਰੀ, ਵੀ ਦੇਖ ਜਦੋਂ ਇਹ ਹੀਰੋ ਬਣਿਆ ਤੀ ਮੈਂ ਉਦੋਂ ਦਾ ਫੈਨ ਹੈ ਇਹਦਾ, ਫੋਟੋ ਫਾਟੋ ਕਰ ਲੈ ਮੇਰੇ ਨਾਲ। ਤੇਰੇ ਨਾਲ ਫੋਟੋ ਕਰਾਵਾਂ ਮੈਂ ਹੁਣੇ ਕਰਾਵਾਂ, ਉਹ ਜਾ ਭਰਾਵਾ ਹੁਣੇ ਤੇਰੇ ਨਾਲ ਫੋਟੋ ਕਰਾਵਾਂ। ਹਾਂ ਕਿਹੜੇ ਪਾਸਿਓਂ ਤੂੰ ਐਕਟਰ ਲਾਦਾ ਮੈਨੂੰ ਦੱਸੀ, ਓਏ ਡੋਲੇ ਦੇਖ ਪਹਿਲਾਂ ਤਾਂ ਮੇਰੇ। ਓ ਹੀਰੋ ਬਣਨ ਲਈ ਬਾਹਰਲੇ ਮੁਲਕਾਂ 'ਚ ਪੜ੍ਹਾਈਆਂ ਕਰਨੀਆਂ ਪੈਂਦੀਆਂ, ਨਾ ਕਿ ਤੇਰੇ ਵਾਂਗੂ ਸਰਕਾਰੀ ਸਕੂਲਾਂ 'ਚ ਨਹੀਂ। ਵੱਡਾ ਹੀਰੋ ਬਣਿਆ ਜਾ ਕੇ ਤੇ ਜਿਹੜੇ ਜੱਟਾਂ ਦੇ ਦਿਹਾੜੀਆਂ ਕਰਨ ਦਿਆਂ ਉਹੀ ਦਿਹਾੜੀਆਂ ਕਰ, ਲੱਗ ਗਈ ਸਮਝ। ਚੱਲ ਗੱਲ ਛੱਡ, ਤੈਨੂੰ 20 ਸਾਲ ਦਿੱਤੇ, ਜਾ ਹੀਰੋ ਬਣ ਕੇ ਦਿਖਾ ਤੂੰ ਵੱਡਾ ਹੀਰੋ। ਅਰ ਮੇਰੀ ਗੱਲ ਸੁਣ ਲੈ, ਇਹ ਸਰਕਾਰੀ ਸਕੂਲ 'ਚ ਪੜ੍ਹਿਆ ਹੋਇਆ ਜੇ ਹੀਰੋ ਨਾ ਬਣਿਆ ਨਾ, ਮੇਰੇ ਮੂੰਹ 'ਤੇ ਸੁੱਕ ਦੀ ਤੂੰ। ਓ ਬੋਲ ਕੁਛ ਮੇਰੇ ਯਾਰ, ਕਦੋਂ ਦਾ ਬੈਠਾ ਤੂੰ, ਉਰਿਆ ਆੜੀ ਨੀ ਤੁਰਿਆ ਮੇਰੀ ਗੱਲ ਸੁਣ। ਮੈਂ ਤਾਂ ਯਾਰ ਹੀਰੋ ਬਣਨਾ, ਸੁਪਰ ਸਟਾਰ ਬਣਨਾ, ਮੈਂ ਸੁਪਰ ਸਟਾਰ ਕੀ ਕਿਹਾ, ਸੁਪਰ ਸਟਾਰ ਬਣਨਾ। ਹਾਂ ਮੈਂ ਸੁਪਰ ਹੀਰੋ ਬਣਨਾ, ਸੁਪਰ ਸਟਾਰ। ਉਹ ਗੱਲਾਂ ਕਰਿਆ ਕਰਨ ਵੀ, ਹਾਂ ਤਰਨਾਟ ਸੁਪਰ ਸਟਾਰ ਹੀਰੋ, ਸਭ ਤੋਂ ਵੱਡਾ ਹੀਰੋ ਬਣਨਾ ਯਾਰ ਮੈਂ, ਬਾਈ ਬਣ ਕੇ ਮੈਂ ਤਾਂ ਫਿਲਮ ਬਣਾਉਣੀ ਹੈ ਯਾਰ। ਉਹ ਸਹੀ ਗੱਲ ਹੈ ਤਰਨਾਟ, ਤੂੰ ਸੁਪਰ ਸਟਾਰ ਬਣ ਸਕਦਾ,
ਉਹ ਵੀ ਐਡਾ ਵੱਡਾ ਸੁਪਰ ਸਟਾਰ ਬਣੇਗਾ, ਤੂੰ ਐਡਾ ਵੱਡਾ ਸੁਪਰ ਸਟਾਰ ਬਣੇਗਾ ਨਾ, ਤੈਨੂੰ ਮਿਲਣ ਆਊ ਜਦੋਂ ਮੈਂ, ਮੈਨੂੰ ਰਾਕਟ ਕਿਰਾਏ 'ਤੇ ਮੁੱਲ ਲੈਣਾ ਪਿਆ ਕਰੂ। ਯਾਰ ਸਾਲਾ ਕੁੱਤਾ ਉਹੀ ਫਿਰ ਮਖੌਲ 'ਤੇ ਆ ਗਿਆ ਯਾਰ ਤੂੰ। ਉਹ ਸੱਚੀ ਹੀਰੋ ਬਣਨਾ, ਮੈਂ ਮਜ਼ਾਕ ਨਹੀਂ ਕਰਦਾ, ਉਹ ਮੈਂ ਹੀਰੋ ਬਣਨਾ ਯਾਰ। ਤੂੰ ਮੇਰੀ ਫਿਕਰ ਦਾ ਦੇਖ, ਬੋਟੀ ਦਾ ਦੇਖ ਯਾਰ। ਮੈਨੂੰ ਮੈਨੂੰ ਕਿਸੇ ਨੇ ਦੱਸਿਆ, ਕਹਿੰਦੇ ਤੂੰ ਪੱਕਾ ਸਟਾਰ ਬਣੇਗਾ, ਸੁਣ ਕੇ। ਜੇ ਤੂੰ ਸੱਚੀ ਹੋ ਕਹਿਣਾ ਨਾ, ਤਾਂ ਮੈਂ ਇੱਕ ਡਾਇਰੈਕਟਰ ਨੂੰ ਜਾਣਦਾ, ਉਹਨੇ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਬਣਾਈਆਂ ਨੇ, ਜਿਵੇਂ ਕਿ KGF ਅਤੇ ਸੌਂਕਣ ਸੌਂਕਣੇ ਲੱਲੇ ਪੱਪੇ, ਬਹੁਤ ਵੱਡੀਆਂ ਫਿਲਮਾਂ ਬਣਾਈਆਂ। ਹਾਂ ਸੌਂਕਣ ਸੌਂਕਣੇ ਦਾ ਮੈਂ ਦੇਖਿਆ, ਹਾਂ ਉਹ ਬਣਾਈ ਹੋਈ ਆ ਉਹਨੇ। ਆਪਾਂ ਨੇ 2 ਬਣਾਉਣੀ ਹੈ ਬਸ, ਫਿਰ ਉਹ ਡਾਇਰੈਕਟਰ ਨੂੰ ਮੈਂ ਜਾਣਦਾ, ਪਰ ਯਾਰ ਮੈਂ ਬਿਜੀ ਆ, ਨਹੀਂ ਤੈਨੂੰ ਲੈ ਜਾਂਦਾ। ਉਹ ਮੇਰੀ ਗੱਲ ਸੁਣੋ, ਕੋਈ ਗੱਲ ਨਹੀਂ, ਮੈਂ ਕਰਤਾਰ ਬਾਈ ਨੂੰ ਤਾਂ ਮੈਂ ਕਹਿ ਦਊਂ ਵੀ ਮੈਂ ਲੈ ਗਿਆ, ਤੂੰ ਬਗ ਚੱਲ ਮੇਰੇ ਨਾਲ। ਕਰਤਾਰ ਬਾਈ ਲੜੂਗਾ, ਸੌਂਹ ਲੱਗੇ। ਉਹ ਨਹੀਂ ਲੜਦਾ, ਉਹ ਬੰਦੇ ਬਹੁਤ ਭੋਲੇ ਮਾਨਸ ਕਹਿ ਦਾਂਗੇ ਯਾਰ ਆਪਣਾ ਐਡਾ। ਆਪਾਂ ਮੈਂ ਜਦੋਂ ਸਟਾਰ ਬਣ ਗਿਆ ਤਾਂ 9 ਲੈ ਦਿਆ ਕਰੂੰਗਾ ਫਿਲਮਾਂ 'ਚ ਮੈਂ। ਉਹ ਆ ਜਾ ਬਾਈ ਬਣ ਕੇ। ਉਹ ਮੇਰੀ ਗੱਲ ਸੁਣ, ਸੁਪਰ ਸਟਾਰ ਜੇ ਤੂੰ ਵੱਡੀ ਫਿਲਮ ਬਣਾਏਗਾ ਫਿਰ ਸਾਡੀ ਦੁਕਾਨ ਦਾ ਨਾਂ ਤਾਂ ਲੈ ਜਾ ਕਰੀ ਦੇਖ, ਵਿਸ਼ਕਰਮਾ ਡੋਰਜ। ਮੈਂ ਸਾਰੀਆਂ ਫਿਲਮਾਂ 'ਚ 9 ਲੈ ਦਿਆ ਕਰੂੰਗਾ, ਵਿਸ਼ਕਰਮਾ ਡੋਰਜ। ਕਮਾਲ ਹੈ ਯਾਰ, ਤੇਰੀ ਮਿਸਤਰੀ ਦੀ ਬੱਲੇ ਬੱਲੇ ਕਰ ਦਾਂਗੇ ਆਪਾਂ। ਉਹ ਪੈਂਚੋ ਇੱਥੇ ਖੜਾ ਰਹੇਗਾ, ਬਸਾ ਬਸਾ ਤਾਂ ਗਾਹਕ ਆਇਆ। ਕਿਹੜਾ ਗਾਹਕ ਆ ਗਿਆ? ਉਹ 2 ਬੰਦੇ ਆਏ ਨੇ। ਅੱਛਾ, ਆ ਮੂੰਹ ਮੱਥਾ ਲੋਡ ਕਰਕੇ ਆ ਜਲਦੀ। ਅੱਛਾ, ਫਿਲਮ ਬਣਾਉਣੀ ਆ? ਹਾਂ ਹਾਂ, ਚੱਲ ਆ ਗਿਆ ਮੈਂ। ਜਲਦੀ ਕਰ ਜਲਦੀ, ਟਾਈਮ ਦਾ ਨਾਲੇ ਮੇਰੀ ਤਨਖਾਹ ਦੇ ਦੀ ਐਤਕੀ ਪੂਰੀ। ਜਦੋਂ ਪ੍ਰੋਜੈਕਟ ਮਿਲ ਗਿਆ ਸਾਰੇ ਪੈਸੇ ਤੇਰੇ, ਚੱਕ ਹੀ ਤੈਨੂੰ ਫੜਾ ਦੇਣਾ ਮੈਂ। ਤੂੰ ਤੁਰਿਆ ਜਲਦੀ ਕਰ, ਵਾਲੇ ਵਾਲੀ ਪਕਾਈ ਨਾ ਮਾਰ ਬੈਠੇ ਨੇ ਬੰਦੇ। 2 ਮਿੰਟ ਆਇਆ ਮੈਂ, 10 ਮਿੰਟ ਲਾਉਣਾ ਉਹਨਾਂ ਕੋਲ। ਹਾਂ, ਉਹ ਕਦੋਂ ਗਾਊਗਾ ਬਾਈ? ਉਹ ਖਰਚਾ ਮੇਰੇ ਆਰਾਮ ਨਾਲ ਹੀ ਬਣ ਗਿਆ। ਹਾਂ, ਹੁਣ ਲਿਆ ਕਿੰਨਾ ਕਿਰਾਇਆ ਲੱਗੂਗਾ ਜੀ ਬਾਈ? ਆਉਂਦੇ ਨੇ ਬਾਈ ਜੀ, ਆਉਂਦੇ। ਤੁਸੀਂ ਕੀ ਕਰਦੇ ਜੀ? ਮੈਂ ਬਾਈ ਦਾ ਸੈਕਟਰੀ। ਕਾਹਦੀ ਫੈਕਟਰੀ? ਸੈਕਟਰੀ ਸੈਕਟਰੀ, ਉਹ ਦੇਖ ਰੇਖ ਜੀ ਕਰਨ ਵਾਲਾ ਰੱਖਿਆ ਹੋਇਆ ਉਹਨਾਂ ਨੇ। ਲਾ ਗਿਆ ਬਾਈ। ਆਓ ਸਰ। ਠੀਕ ਹੈ ਜੀ। ਆਉਂਦੇ ਸੁਪਰ ਸਟਾਰ, ਦੇਖ ਸਪੋਟ ਬੁਆਏ ਨਾਲ ਹੀ ਰੱਖਿਆ ਉਹਨੇ ਪਹਿਲਾਂ ਹੀ। ਹੈ ਚਾਹ ਚ ਬੁਲਾ ਲਓ। ਦੇਖ ਇਹਦੇ ਵਾਲ, ਹੈ ਕੰਨਾਂ 'ਚ ਨੱਤੀਆਂ ਅਤੇ ਅੱਖਾਂ 'ਚ ਪੱਤੀਆਂ, ਨਿੱਕੀਆਂ ਨਿੱਕੀਆਂ ਦੰਦੀਆਂ ਮੋਤੀਆਂ ਵਰਗੀਆਂ। ਬਾਈ ਜੀ ਇਹਨਾਂ ਨੇ ਐਕਟਰ ਬਣਨਾ, ਮੈਂ ਨਹੀਂ ਜੀ, ਮੈਂ ਤਾਂ ਮਿਸਤਰੀ ਹਾਂ। ਮੈਂ ਪਹਿਲਾਂ ਹੀ ਸੋਚਾਂ ਇਹਦੀਆਂ ਤਾਂ ਖਟੀਰ ਮਾਰਦੀਆਂ। ਮੈਂ ਬਣਨਾ ਜੀ ਐਕਟਰ। ਪਰ ਕੱਪੜੇ ਕਿੱਦਾਂ ਦੇ ਪਾਏ ਆ ਤੂੰ? ਮੇਰੇ ਕੱਪੜਿਆਂ ਤਾਂ ਨਜਾਈਓ ਜੀ ਤੁਸੀਂ, ਜਦੋਂ ਮੈਂ ਸਲੋ ਮੋਸ਼ਨ 'ਚ ਮਾਰੀ ਐਂਟਰੀ ਦੇਖੀ ਤੁਸੀਂ ਮੇਰੇ ਕੱਪੜੇ ਪਾਏ ਹੋਏ। ਆ ਹੁੰਦਾ ਕਲਾਕਾਰ, ਇੱਥੇ ਦੀ ਲੋੜ ਸੀ, ਮੈਂ ਕਿੰਨੇ ਸਾਲ ਤੋਂ ਪ੍ਰੋਜੈਕਟ ਨਹੀਂ ਸੀ ਕਰਦਾ। ਵਾਹ ਵੇ ਕਿਆ ਸਮਾਈਲ ਹੈ, ਵਿਆਖਾਂ 'ਚ ਰੋਬ ਦੇਖ ਸੰਨੀ ਤੇ ਦੇਖ, ਕਿੰਨੀਆਂ ਦੇਖ ਇਹਦੀਆਂ, ਪੈਰ ਦੇਖ ਇਹਦੇ, ਵਾਹ ਵਾਹ। ਸਕੂਲ ਚੋ ਫੇਲ ਆਉਂਦਾ ਰਹਿ ਜੀ, ਤੁਸੀਂ ਆਹੀ ਕੱਢੋ ਮੇਰੀ ਐਕਟਰਿੰਗ। ਨਹੀਂ ਟੈਸਟ ਤਾਂ ਦੇਣਾ ਪੈਣਾ, ਦੇਖੋ ਜੀ। ਲਓ ਜੀ ਤੁਸੀਂ ਲੈ ਕੇ ਦੇਖੋ। ਹਾਂ ਹਾਂ, ਪਹਿਲਾਂ ਤਾਂ ਕਾਕਾ ਤੂੰ ਮੇਰਾ ਆਪਣਾ ਨਾਮ ਦੱਸ, ਤੇਰਾ ਨਾਮ। ਮੇਰਾ ਨਾਮ ਜੀ ਤਰਨਾਟ। ਵਾਹ, ਚਿੰਜਰ ਚਿੰਜਰ, ਆਹ ਦੇਖ ਨਾ ਸੁਪਰ ਸਟਾਰਾਂ ਵਾਲਾ ਨਾਮ, ਤਰਨਾਟ ਚਿੰਜਰ ਸੁਪਰ ਸਟਾਰ ਹੈ। ਵੈਰੀ ਗੁੱਡ, ਫਿਲਮ 'ਚ ਲਿਖਿਆ ਵੀ ਚੰਗਾ ਲੱਗੂਗਾ। ਅੱਛਾ ਹੁਣ ਤੁਸੀਂ ਨਾ ਆਪਣਾ ਟੈਸਟ ਦਿਓ, ਜਿਹੜਾ ਐਕਟਿੰਗ ਦਾ। ਹਾਂ ਟੈਸਟ ਦੇ ਦਿੰਦਾ ਜੀ। ਦੱਸੋ ਮਤਲਬ ਕੀ ਰੋਲ ਹੋਊਗਾ ਮੇਰਾ ਫਿਲਮ 'ਚ? ਤੂੰ ਫਿਲਮ ਦਾ ਹੀਰੋ ਆ, ਪਰ ਤੂੰ ਮਜ਼ਦੂਰੀ ਕਰ ਰਿਹਾ ਫਿਲਮ ਦੇ ਵਿੱਚ, ਕਿਵੇਂ ਕਰਕੇ ਦਿਖਾਏਗਾ ਸਾਨੂੰ? ਬੱਠਣ ਲਿਆ ਆਹ ਚੱਕੀ, ਆਹ ਕਹੀ, ਆਹ ਭਰਿਆ ਟੱਪ, ਆਹ ਪਾ ਦੇ ਮਿੱਟੀ, ਆਹ ਭਰਿਆ ਟੱਪ, ਆਹ ਪਾ ਦੇ ਮਿੱਟੀ। ਵੈਰੀ ਗੁੱਡ, ਦੇਖ ਇੱਕ ਦਾਣਾ ਮਿੱਟੀ ਦਾ ਬਾਹਰ ਨਹੀਂ ਡਿੱਗਣ ਦਿੱਤਾ। ਉਹ ਰੁਕਦਾ ਰੁਕਦਾ ਕਿਤੇ ਥੱਲੇ ਨਾ ਡਿੱਗ ਜੀ, ਆ ਜਾ ਬੱਠਣ ਥੱਲੇ। ਅੱਛਾ, ਮੁੰਡਾ ਤੁਹਾਡਾ ਟੈਸਟ 'ਚੋਂ ਪਾਸ ਆ, ਕਲਾਕਾਰ ਬਣ ਲਈ ਤਿਆਰ ਆ, ਹੁਣ ਮੈਨੂੰ ਇਹ ਦੱਸੋ ਪ੍ਰੋਡਿਊਸਰ ਕੌਣ ਹੈ? ਉਹ ਕੀ ਹੁੰਦਾ ਜੀ ਪ੍ਰੋਡਿਊਸਰ ਦਾ ਮਤਲਬ? ਪੈਸੇ ਕੌਣ ਖਰਚੂਗਾ ਫਿਲਮ ਤੇ? ਪੈਸੇ ਲਾਵਾਂਗੇ ਲਾਵਾਂਗੇ ਆਪਾਂ, ਕਿਉਂ ਫਿਕਰ ਕਰਦੇ? 2 ਕਰੋੜ ਰੁਪਇਆ ਲੱਗਣਾ ਫਿਲਮ ਤੁਹਾਡੀ ਬਣੀ ਲਓ। 2 ਕਰੋੜ?
राजा मेरी आने वाली भैन चो अंग्रेज मैं तो देखी नहीं अंग्रेज अच्छा अंग्रेज तो देखी है मैं अच्छा अंग्रेज छोटी है जी सारिया भैन चो मैं ही बनाई चलो ऐ करो जी तुसी ये देख के कर लो ना खर्चा फिर आप जो हिट होगी फिल्म फिर जिन्नी मर्जी लाई जाइयो लावांगे यार चलो ठीक है भाई ने समझाता अपन मेरे सेक्रेटरी ने 1 करोड़ बाजी डन रखो तुसी 1 करोड़ दे विच फिल्म बनी लो ना यार भाई बन के मैं तो इक इक गल च नमेटदा ही हां यार ਅਸੀਂ 20 ਲੱਖ ਰੁਪਈਆ ਲਾ ਸਕਦੇ ਹਾਂ 20 ਲੱਖ ਚ ਮੈਂ ਮਸ਼ਹੂਰੀ ਨਾ ਬਣਾਵਾਂ ਕੀ ਗੱਲ ਕਰਦੇ ਬਣਾ ਦੋ ਜੀ 50 ਲੱਖ ਕਰ ਸਕਦੇ ਤਾਂ ਦੇ ਨਾ ਨਾ 20 ਤੋਂ ਵੱਧ ਫਿਰ ਸਾਡੇ ਲਵੇ ਅਸੀਂ ਇੱਕ ਹੀ ਚੀਜ਼ ਸਾਡੇ ਲਵੇ ਉਹ ਵਿੱਚ ਉਹਨੂੰ ਇੱਕ ਹੀ ਵਿਕੂ ਜੇ ਦੂਜੀ ਵੀ ਵੇਚਦੀ ਤਾਂ ਬੰਦਾ ਮਰ ਜੂਗਾ ਉਹ ਮੇਰਾ ਸਾਲਾ ਕਿਉਂ ਕੁੱਤੇ ਵਾਂਗੂ ਭੁੱਕੀ ਜਾਣਾ ਜਿੰਨੇ ਦਿੰਦੇ ਨੇ ਸਾਲਾ ਕੁੰਡੀ ਠੀਕ ਆ ਮੈਨੂੰ ਤਰਸ ਆ ਗਿਆ ਮੈਂ ਅਸਲ 'ਚ ਤੇਰੇ ਵਰਗਾ ਕਲਾਕਾਰ ਨਹੀਂ ਦੇਖਿਆ ਇਹਨੂੰ ਔਸਕਰ ਮਿਲਣਾ ਪੰਜਾਬੀ ਫਿਲਮਾਂ ਦਾ ਪਹਿਲਾ ਔਸਕਰ ਵਾਲਾ ਕਲਾਕਾਰ ਨੂੰ ਨਹੀਂ ਬਸ 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 ਬਹੁਤ ਖੁਸ਼ ਹਾਂ ਮੈਂ ਤੇਰੇ ਤੁਹਾਡਾ ਮੁੰਡਾ ਸਟਾਰ ਬਣ ਅੱਜ ਤੋਂ ਹੀ ਤੁਸੀਂ ਪੈਸੇ ਦਾ ਇੰਤਜ਼ਾਮ ਕਰੋ ਅਸੀਂ ਲੋਕੇਸ਼ਨ ਆ ਕੁੜੀ ਦਾ ਅਤੇ ਸਟੋਰੀ ਦਾ ਇੰਤਜ਼ਾਮ ਕਰਕੇ ਤੁਹਾਨੂੰ ਆ ਜਾ ਗਿਆ ਹਾਂ ਬਣ ਗਿਆ ਚੋਈ ਤਾਂ ਤਾਂ ਚੜੀ ਗਿਆ ਜਦੋਂ ਇੰਨੇ ਨਾਲ ਸਰਦਾ ਸਾਰਲਾ ਮਸਾ ਤਾਂ ਗਾਹਕ ਆਏ ਨੇ जे तू मेरा यार है ना हुण टाइम है मेरे नाल खड़न दा तू मेरी गल सुन खड़े रही बस पैसे भी आणगे सब कुछ बनू फिल्म भी बनूगी जदों फिल्म भैन दी 16 करोड़ दी बिकगी पैसे पैसे 20 लाख तो फिर तो टेंशन ना ले घोड़ा तेरे ने खड़ा है मैं खड़े आ रही बस तू गल ये है बस यारी ये इनू कह डायरेक्टर साहब ਪੈਸਿਆਂ ਦਾ ਹੱਲ ਹੋ ਗਿਆ ਜੀ ਇੰਨੀ ਛੇਤੀ 20 ਲੱਖ ਹਾਂ 20 ਦਾ ਵੀ 23 ਲੱਖ ਹੈ 23 ਲੱਖ ਦਾ ਹੱਲ ਹੋ ਗਿਆ ਚੱਲ ਠੀਕ ਹੈ ਫਿਰ ਮੈਂ ਤੈਨੂੰ ਸ਼ੂਟਿੰਗ ਦਾ ਇੰਤਜ਼ਾਮ ਕਰਕੇ ਦੱਸਦਾ ਛੇਤੀ ਹਾਂ ਠੀਕ ਹੈ ਦੱਸ ਦਿਓ ਜੀ ਮੈਨੂੰ ਤੂੰ ਤਾਂ ਮੇਰਾ ਸਾਲਾ ਕਹਿੰਦਾ ਸੀ ਵੀ ਘੋੜੇ ਨਾਲ ਖੜਨਾ ਤੂੰ ਖੜਨ ਜੋਗਾ ਛੱਡਿਆ ਕਿੱਥੋਂ ਹੈ ਤੂੰ ਆਪਦੀ ਕਿਡਨੀ ਵੇਚ ਦਿੰਦਾ ਓਏ ਮੈਂ ਆਪਦੀ ਕਿਵੇਂ ਵੇਚ ਦਿੰਦਾ ਜਦੋਂ ਮੈਂ ਸੀਨ ਕਰਦਾ ਮੇਰੀ ਫਿਗਰ ਨਾ ਖਰਾਬ ਹੋ ਜਾਂਦੀ ਦੱਸ ਯਾਰ ਫਿਗਰ ਕੁੜੀਆਂ ਦੀ ਹੁੰਦੀ ਹੈ ਮੁੰਡਿਆਂ ਦੀ ਤਾਂ ਫਿਟਨੈਸ ਹੁੰਦੀ ਹੈ ਚੱਲ ਜੋ ਵੀ ਹੈ ਕੀ ਪਤਾ ਲੱਗਦਾ ਮੈਨੂੰ ਇਕੱਲੇ ਡੌਲੇ ਦਿਖਾਉਣੇ ਪੈਣੇ ਕਈ ਵਾਰੀ ਬਣਾਉਣ ਵੀ ਕੱਢਣੀ ਪੈ ਜੇ ਫਿਰ ਮੇਰੇ ਸਰੀਰ 'ਤੇ ਨਿਸ਼ਾਨ ਨਾ ਬਣ ਜਾਂਦਾ ਭਲਾ ਅਗਲਾ ਕਹਿੰਦਾ ਵੀ ਐਕਟਰ ਦੇ ਹੀਰੋ ਦੇ ਨਿਸ਼ਾਨ ਹੈ ਯਾਰ ਕੱਟ ਦਾ ਜੇ ਮੈਂ ਮਰ ਗਿਆ ਹੁਣ ਉਹ ਨਹੀਂ ਮਰਨ ਦਿੰਦਾ ਮੇਰੀ ਗੱਲ ਸੁਣ ਬਾਈ ਜਦੋਂ ਆਪਣੀ ਫਿਲਮ ਹਿੱਟ ਹੋ ਗਈ ਕਰੋੜਾਂ ਛੋੜਾਂ ਰੁਪਈਏ ਹੋ ਗਏ ਮੇਰੀ ਗੱਲ ਸੁਣ ਹੁਣ ਤੇਰੀ ਇੱਕ ਕਿਡਨੀ ਕੱਢੀ ਹੈ ਮੈਂ ਤੇਰੇ 10 ਪਵਾ ਦੂੰਗਾ ਗਿੱਟਿਆਂ 'ਚ ਵੀ ਪਵਾ ਦੂੰ ਗੋਡਿਆਂ 'ਚ ਵੀ ਪਵਾ ਦੂੰ ਕੋਹਣੀਆਂ 'ਚ ਵੀ ਪਵਾ ਦੂੰਗਾ ਮੋਢਿਆਂ 'ਚ ਮੈਂ ਕਿਡਨੀ ਕਿਡਨੀਆਂ ਪਵਾ ਦੂੰ ਤੇਰੇ ਬਸ ਤੂੰ ਖੜੇ ਰਹੀ ਮੇਰੇ ਨਾਲ ਤੂੰ ਆ ਜਾ ਕੇ ਨਾ ਹਰਜਾ ਮੈਨੂੰ ਓਏ ਡਾਇਰੈਕਟਰ ਦਾ ਹੈਲੋ ਹਾਂਜੀ ਹਾਂਜੀ ਸੁਪਰ ਸਟਾਰ ਦੀ ਸ਼ੂਟਿੰਗ ਦਾ ਇੰਤਜ਼ਾਮ ਹੋ ਗਿਆ ਕੱਲ ਨੂੰ ਤਿਆਰ ਹੋ ਕੇ ਪੈਸੇ ਲੈ ਕੇ ਆ ਜਾਓ ਕੱਲ ਨੂੰ ਜੀ ਪੂਰਾ ਟਾਵਰ ਕੱਟ ਕੇ ਆਵੀਂ ਮੈਂ ਜੀ ਮਾਂ ਦੇਖਿਓ ਤੁਸੀਂ ਮੈਂ ਕੀ ਬਣ ਕੇ ਆਉਂਗਾ ਲੇਟ ਨਾ ਹੋਵੀਂ ਆਣਿਆ ਜੀ ਸੈੱਟ ਤੇ ਕੱਲ ਨੂੰ ਸ਼ੂਟਿੰਗ ਹੈ ਹੀਰੋ ਨੂੰ ਅਸੀਂ ਜੀਤ ਫਿਲਮ ਦੇ ਸਨੀ ਦਿਓਲ ਵਾਲੀ ਲੁੱਕ ਦਿੱਤੀ ਹੈ ਬੋਧੇ ਤੁਹਾਡੇ ਕੋਲ ਲਾਈਟਾਂ ਦੀ ਸੈਟਿੰਗ ਨਹੀਂ ਹੋਈ ਇਧਰ ਮੇਰੀ ਆਪਣੀ ਸੈਟਿੰਗ ਹੋ ਚੱਲੀ ਆ ਕਰ ਰਹੇ ਹਾਂ ਸਰ ਕਰ ਰਹੇ ਹਾਂ ਕੋਈ ਗੱਲ ਨਹੀਂ ਹੋ ਗਿਆ 10 ਮਿੰਟ ਹਾਂ ਤੁਸੀਂ ਨਾ ਸਾਡੀ ਟੀਮ ਨਾਲ ਜੁੜ ਕੇ ਰਹੋ ਆਪਣੀ ਅੱਗੇ ਫਿਲਮ ਹੈ ਇਹ ਤਾਂ ਹੋ ਗਈ ਹੈ ਬਸ ਸਾਡਾ ਖਿਆਲ ਲੈ ਲੈ ਕੇ ਸਕ੍ਰਿਪਟ ਦੇਖ ਲਈ ਹੈ ਨਾ ਡਾਇਲੌਗ ਜਾ ਦਾ ਸਰ ਦੇਖੋ ਜੀ ਹਾਂ ਇੱਕ ਇਧਰੋਂ ਪਾਰ ਪਵਾ ਦਿਓ ਇੱਕ ਓਕੇ ਓਕੇ ਉਧਰ ਪਹਿਲਾਂ ਪਾਈ ਆ ਬੋਧੇ ਆਪਣੇ ਚਿਹਰੇ ਤੇ ਨਾ ਤੁਸੀਂ ਲਾਈਟ ਮਾਰ ਕੇ ਚੈੱਕ ਕਰਾਓ ਕਿਉਂਕਿ ਤੁਹਾਡਾ ਚਿਹਰਾ ਕਾਲਾ ਜਿੰਨੀਆਂ ਮਰਜ਼ੀ ਲਾਈਟਾਂ ਪਾ ਲਓ ਹਾਂਜੀ ਸੈਟਅਪ ਬਿਲਕੁਲ ਓਕੇ ਆ ਹੀਰੋ ਨੂੰ ਬੁਲਾਓ ਹਾਂ ਆਪਣਾ ਪ੍ਰੋਡਿਊਸਰ ਜੀ ਹੀਰੋ ਨੂੰ ਆਵਾਜ਼ ਮਾਰਿਓ ਤਰਨਾਟ ਉਹ ਥੋੜੀ ਉੱਚੀ ਆਵਾਜ਼ ਮਾਰ ਲਾ ਉਹ ਭਰਾਵਾ ਵੱਜਦੀ ਨਹੀਂ ਅੱਛਾ ਉਹ ਹੀਰੋ ਸਾਹਿਬ
ਸੁਣਾ ਆ ਕੀ ਬਣਿਆ ਐਕਟਰ ਐਦਾਂ ਐਕਟਰ ਬਣਦੇ ਆ ਆ ਕੀ ਲਿਆ ਕੇ ਪੱਲੇ ਪਾਤ ਮੇਰੇ ਸਰ ਮੇਰੀ ਗੱਲ ਸੁਣੋ ਸਰ ਪਤਾ ਕੀ ਹੈ ਨਾ ਮੈਂ ਤਾਂ ਕਹਿੰਦਾ ਵੀ ਇਹ ਫਿਲਮ ਦੇ ਵਿੱਚ ਆਪਾਂ ਇਹਨੂੰ ਹੀਰੋ ਲੈ ਲੈਣੇ ਅਗਲੀ ਫਿਲਮ 'ਚ ਆਪਾਂ ਇਹਨੂੰ ਵਿਲਨ ਲਵਾਂਗੇ ਹਾਂ ਚੱਲ ਠੀਕ ਹੈ ਮੈਂ ਦੇਖਿਆ ਸਲਮਾਨ ਖਾਨ ਦੇ ਕੀ ਫਿਲਮਾਂ 'ਚ ਅਸੀਂ ਅਸੀਂ ਰੁਮਾਲ ਬੰਨੀ ਹੁੰਦੀ ਆ ਉਹਦੇ ਵੀ ਨਾ 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 ਇਹ ਤੈਨੂੰ ਅਸੀਂ ਜੀਤ ਫਿਲਮ ਦਾ ਸਨੀ ਦਿਓਲ ਬਣਾਇਆ ਵਾ ਯਾਦ ਕਿ ਨਹੀਂ ਮੈਂ ਦੇਖੀ ਆ ਸ਼ੂਟਿੰਗ ਹੁੰਦੀ ਐਡੀਆਂ ਲਾਈਟਾਂ ਹੁੰਦੀਆਂ ਸੂਰਜ ਦੀਆਂ ਲਾਈਟਾਂ ਸਰ ਇੱਕ ਮਿੰਟ ਗੱਲ ਸੁਣੋਗੇ ਤੁਸੀਂ ਮੇਰੀ ਬੜੇ ਧਿਆਨ ਨਾਲ ਗੱਲ ਸੁਣਿਓ ਜਿਹੜਾ ਅੱਜ ਦਾ ਸ਼ਾਟ ਆਪਣਾ ਇਹ ਡੇ ਸ਼ਾਟ ਆ ਜਦੋਂ ਨਾਈਟ ਸ਼ਾਟ ਹੋਗਾ ਨਾ ਫਿਰ ਵੱਡੀਆਂ ਵੱਡੀਆਂ ਲਾਈਟਾਂ ਲੱਗਣਗੀਆਂ ਮੇਰਾ ਮਤਲਬ ਕਹਿਣ ਦਾ ਵੀ ਦਿਨ ਦਾ ਸੀਨ ਆ ਜਦੋਂ ਰਾਤ ਦਾ ਸੀਨ ਹੋਊਗਾ ਲਾਈਟਾਂ ਲਾ ਕੇ ਚਾਨਣ ਚਾਨਣ ਕਰ ਦੇਣਾ ਚਮਕਾ ਦੇਣਾ ਤੁਹਾਨੂੰ ਮੈਂ ਦਿਨੇ ਵੀ ਦੇਖੀਆਂ ਨੇ ਲਾਈਟਾਂ ਦੇਖੀਆਂ ਕਮਾਲ ਕਰਦੇ ਤੁਸੀਂ ਉਹ ਮੇਰੀ ਗੱਲ ਤੋਂ ਸੁਣ ਲਓ ਆਹ ਹੁਣ ਆਪਾਂ ਸੂਰਜ ਤੋਂ ਕੀ ਕਰਾਉਣਾ ਗਾ ਆਪਾਂ ਸੂਰਜ ਦੀ ਲਾਈਟ ਲਵਾਂਗੇ ਹੁਣ ਰਾਤ ਨੂੰ ਆਪਾਂ ਵੱਡੀਆਂ ਲਾਈਟਾਂ ਲਾਵਾਂਗੇ ਚਲੋ ਓਕੇ ਸੀਨ ਆਪਾਂ ਸੀਨ ਕਰਨਾ ਆ ਸੀਨ ਏਦਾਂ ਆ ਸਮਝਾਓ ਸਰ ਵੀ ਤੁਸੀਂ ਪੂਰੇ ਗੁੱਸੇ 'ਚ ਕੁੜੀ ਨੇ ਹਾਂ ਕਰਤੀ ਆ ਪਰ ਕੁੜੀ ਦਾ ਭਰਾ ਨਹੀਂ ਮੰਨਿਆ ਇਹਦਾ ਮੁੰਡਾ ਕੁਛ ਕਰਦਾ ਨਹੀਂ ਨਾਲੇ ਕਹਿੰਦੇ ਤੁਸੀਂ ਮੰਦਿਰ 'ਚ ਵਿਆਹ ਵਾਲਾ ਸੀਨ ਕਰਨਾ ਉਦੋਂ ਤਾਂ ਕਹਿੰਦੇ ਤੇ ਤੁਸੀਂ ਓਏ ਆਪਾਂ ਇਹ ਸੀਨ ਸੋਚਿਆ ਸਰ ਹੋਣ ਦੇ ਤੁਹਾਡੀ ਭੈਣ ਦੇ ਫੇਰੇ ਇੱਥੇ ਆਹ ਨਾ ਮੇਰਾ ਮੇਰਾ ਕਹਿਣ ਦਾ ਮਤਲਬ ਤੁਹਾਡੇ ਫੇਰੇ ਹੋਣਗੇ ਇੱਥੇ ਮੰਦਿਰ ਹਾਂ ਸਮਝਦੇ ਨਹੀਂ ਹੈਗੇ ਇੱਕ ਤਾਂ ਤੁਸੀਂ ਡਾਇਲੌਗ ਬੋਲੋ ਬਸ ਡਾਇਲੌਗ ਦਿਓ ਸਰ ਤੁਹਾਡਾ ਮੈਨੂੰ ਉਹ ਦਿਓ ਕਹਾਣੀ ਕਹਾਣੀ ਦਿਓ ਕਹਾਣੀ ਕਿੱਥੇ ਹੈ ਮੈਂ ਪੜ੍ਹਾਂ ਗੱਲ ਸੁਣ ਯਾਰ ਮੇਰੀ ਕਿਡਨੀ ਦਾ ਤੇ ਲੱਗੀ ਹੋਈ ਆ ਬਾਈ ਬਣ ਕੇ ਪੂਰ ਚਾੜ ਦੇ ਫਿਲਮ ਆਹ ਜਿਹੜਾ ਤੂੰ ਤਰਲਾ ਜਿਹਾ ਕੀਤਾ ਨਾ ਇਹਦੇ ਕਰਕੇ ਮੈਂ ਫਿਲਮ ਕਰ ਲੈਂਦਾ ਨਹੀਂ ਤਾਂ ਇਹੋ ਜਿਹੇ ਲੰਡੂ ਬੰਦੇ ਨਾ ਮੈਂ ਤਾਂ ਮਸ਼ਹੂਰੀ ਨਾ ਕਰਾਂ ਮੈਂ ਕਹਿ ਦਿੰਦਾ ਬਾਈ ਬਾਈ ਚੁੱਪ ਕਰ ਤੇ ਕਰਾ ਲੈ ਯਾਰ ਕੋਈ ਮੈਂ ਮੇਰੇ ਨੂੰ ਐਂ ਦੱਸਦਾ ਵੀ ਆਪਣੇ ਪਿੰਡਾਂ ਦੇ ਕੁੱਤੇ ਕੱਤੇ ਦੇ ਪੁੱਤ ਮੇਰੇ ਸਾਲੇ ਦੇ ਕੁੱਤੇ ਦਾ ਭੈਣ ਦਾ ਯਾਰ ਆਮ ਹੀ ਚੱਲਦਾ ਇਹ ਤਾਂ ਆਮ ਹੀ ਗੱਲ ਹੈ ਬਾਈ ਸਾਡੇ ਚੱਲ ਆਪਣਾ ਡਾਇਲੌਗ ਰੱਖ ਵੀ ਲਵੇਂ ਫਿਲਮ 'ਚ ਯੂਜ਼ ਕਰ ਲਿਆ ਤੁਸੀਂ ਹਾਂ ਚੰਗਾ ਫਿਰ ਮੈਂ ਦੱਸੋ ਫਿਰ ਫਿਲਮ ਦਾ ਉਹ ਟਾਈਟਲ ਕੀ ਹੈ ਟਾਈਟਲ ਕੀ ਹੈ ਟਾਈਟਲ ਨੋ ਨੋ ਨਾ ਆਪਾਂ ਬਹੁਤ ਹੀ ਪਿਆਰਾ ਰੱਖਿਆ ਜਿਹੜਾ ਲੋਕਾਂ ਨੂੰ ਇੱਕ ਵਾਰ ਸੁਣਨ ਤੇ ਜਵਾਨ ਤੇ ਚੜ ਜਾਣਾ ਬਹੁਤ ਪਿਆਰ ਦੇਣਾ ਲੋਕਾਂ ਨੇ ਫਿਲਮ ਦਾ ਨਾਮ ਹੈ ਕੁਲਚੇ ਛੋਲੇ ਥੋੜਾ ਮੂੰਹ ਦੇ ਕੇ ਰੱਖਿਆ ਫਿਲਮ ਦਾ ਇਹ ਕੋਈ ਨਾ ਹੋਇਆ ਮੇਰੇ ਯਾਰੋ ਤੁਸੀਂ ਕੁੱਤੇ ਦੇ ਪੁੱਤ ਤੁਸੀਂ ਕਮਾਲ ਕਰੀ ਜਾਂਦੇ ਨਾ ਬਸ ਇੱਕ ਵਾਰ ਚੇਂਜ ਕਰਨਾ ਮੁੜ ਕੇ ਫਿਕਸ ਕਰ ਦੇਣਾ ਕੁਲਚੇ 버ਗਰ ਚੱਲੂਗੀ ਵੀ ਫਿਲਮ ਇਹ ਮੈਂ ਕਹਿੰਦਾ ਦੌੜੂਗੀ ਇਹ ਫਿਲਮ ਦੀ ਕਹਾਣੀ ਦੇ ਹਿਸਾਬ ਨਾਲ ਫਿੱਟ ਪੈਂਦਾ ਹੈ ਨਾ ਸਰ ਸਮਾਂ ਬਹੁਤ ਜ਼ਿਆਦਾ ਹੋ ਰਿਹਾ ਇਹਨਾਂ ਨੂੰ ਡਾਇਲੌਗ ਦਿਓ ਡਾਇਲੌਗ ਏਦਾਂ ਆ ਕੁੜੀ ਨੂੰ ਗੁੰਡਿਆਂ ਨੇ ਆਪਣੇ ਕਬਜ਼ੇ 'ਚ ਬਿਠਾਇਆ ਤੇ ਤੁਸੀਂ ਇੱਥੇ ਮੈਦਾਨ 'ਚ ਛਾਲ ਮਾਰ ਕੇ ਐਂ ਕਰਕੇ ਆ ਮਾਰੀ ਛਾਲ ਫਿਰ ਐਂ ਵੇਖਿਆ ਫਿਰ ਕਹਿਣਾ ਬਸੰਤੀ ਇਨ ਕੁੱਤੋਂ ਦੇ ਸਾਹਮਣੇ ਮਤ ਨਾਚਣਾ ਇਹ ਤਾਂ ਮੈਂ ਡਾਇਲੌਗ ਸੁਣਿਆ ਹੋਇਆ ਛੋਲੇ ਫਿਲਮ ਦਾ ਨੋਟ ਕੀਤੀ ਗੱਲ 20 ਲੱਖ ਰੁਪਏ 'ਚ ਅਸੀਂ ਤੈਨੂੰ ਸਿੱਧਾ ਧਰਮਿੰਦਰ ਦੇ ਬਰਾਬਰ ਖੜਾ ਕਰਤਾ ਨਹੀਂ ਤਾਂ ਇੰਨੇ ਪੈਸਿਆਂ 'ਚ ਤਾਂ ਮੈਂ ਮਸ਼ਹੂਰੀ ਵੀ ਨਹੀਂ ਬਣਾਉਂਦਾ ਛੋਲੇ ਫਿਲਮ ਛੋਲੇ ਆਹੋ ਛੋਲੇ ਛੋਲੇ ਇੱਕ ਹੀ ਗੱਲ ਬਣੀ ਹੋਏ ਹੈ ਤਾਂ ਛੋਲੇ ਫਿਲਮ ਦਾ ਹੈ ਆਹ ਤੇ ਧਰਮਿੰਦਰ ਵੀ ਤਾਂ ਬਣਾਤਾ ਨਾ ਫਿਰ ਐਂ ਕੁਛ ਨਹੀਂ ਹੁੰਦਾ ਹਾਂ ਕੁਛ ਨਹੀਂ ਹੁੰਦਾ ਸਿੱਧਾ ਪੰਜਾਬੀ ਫਿਲਮਾਂ ਦਾ ਧਰਮਿੰਦਰ ਸਾਰਿਆਂ ਨੇ ਕਿਹੜਾ ਤਰਨਾਟ ਧਰਮਿੰਦਰ ਤਰਨਾਟ ਧਰਮਿੰਦਰ ਹੈ ਦੇਖ ਸੰਧੀ ਦੋਲ ਦਾ ਬਾਪ ਇਹ ਤਾਂ ਫਿਲਮ ਕਰੋੜਾਂ ਰੁਪਏ ਕਮਾਊਗੀ ਕਰੋੜਾਂ ਰੁਪਏ ਚਲੋ ਹੁਣ ਆਪਾਂ ਸੀਨ ਵੱਲ ਹੋਈਏ ਹਾਂ ਬਈ ਬੁਲਾਓ ਕੁੜੀ ਨੂੰ ਪਹਿਲਾਂ ਹੀ ਕੁੜੀ ਨੂੰ ਬੁਲਾ ਦੀ ਆਪਾਂ ਸੀਨ ਨਹੀਂ ਕਰਨਾ ਹੁਣ ਨਾ ਪਹਿਲਾਂ ਅਜੇ ਉਹ ਤੁਸੀਂ ਇੱਥੇ ਛਾਲ ਮਾਰਨੀ ਕੁੜੀ ਦਾ ਸ਼ਾਟ ਆਪਾਂ ਬਾਅਦ ਚ ਲਵਾਂਗੇ ਚੱਲ ਚੰਗਾ ਲਾਓ ਕੈਮਰਾ ਫਿਰ ਕੈਮਰਾ ਲਾਓ ਕੈਮਰਾ ਲਾਓ ਕੈਮਰਾ ਲਾਓ ਸਰ ਮੈਂ ਲਾਉਣ ਲੱਗੀ ਚਲ ਆ ਜਾ ਇੱਕ ਮਿੰਟ ਮੈਂ ਆਪਣੀ ਜਗ੍ਹਾ ਤੇ ਬੈਠਾ ਕੈਮਰਾ ਲਾਓ ਤੁਸੀਂ ਕੈਮਰਾ ਕਿਹਾ ਮੈਂ ਕੈਮਰਾ ਗੰਜੇ ਆਈਫੋਨ ਆਹੇ 13 ਮੇਰਾ ਨੀ ਹੈਗਾ ਇਹ ਨਹੀਂ ਤੇਰਾ ਨੀ ਹੈਗਾ ਇਹ ਹੁਣ ਕੀ ਰੌਲਾ ਪੈ ਗਿਆ ਕੈਮਰਾ ਕੈਮਰਾ ਆ ਦੇ ਤਾਂ ਕੈਮਰਾ ਮੈਂ ਨਹੀਂ ਇਹਦੇ ਆ ਮੋਬਾਈਲ ਮੂਲ ਤੇ ਨਹੀਂ ਫਿਲਮਾਂ ਫਿਲਮਾਂ ਬਣਾਉਂਦਾ ਸਿੱਧੀ ਜੀ ਗੱਲ ਆਪਾਂ ਤਾਂ ਚੱਲੇ ਆ ਬਈ ਅੱਛਾ ਇਹ ਮੋਬਾਈਲ ਆ ਪਤਾ ਤੈਨੂੰ ਕਿਹੜਾ ਹੈ ਆਈਫੋਨ 13 ਆ ਓਏ ਉਹ ਤਾਂ ਮੈਨੂੰ ਦੱਸਦਾ ਇਹਨੇ ਗੰਜੇ ਜੀ ਨੇ ਫਿਰ ਯਾਰ ਮੋਬਾਈਲ ਮੂਲਾਂ ਤੇ ਵੱਡੀਆਂ ਫਿਲਮਾਂ ਥੋੜੀ ਬਣਦੀਆਂ ਹੁੰਦੀਆਂ ਨੇ ਮੇਰੀ ਸੁਣ ਲਾ ਗੱਲ 20 ਲੱਖ 'ਚ ਤੈਨੂੰ ਰੈੱਡ ਐਪਿਕ ਨਾ ਲਾਦਾ ਨਾਲੇ ਜਿੰਨੇ ਕ ਪੈਸੇ ਤੂੰ ਦਿੱਤੇ ਆ ਇਹਨੇ 'ਚ ਤਾਂ ਮੈਂ ਮਸ਼ਹੂਰੀ ਨਹੀਂ ਬਣਾਉਂਦਾ
ਤਰਨਾਟ ਤੈਨੂੰ ਪਤਾ ਵੀ ਹੈ ਇਹਦੇ ਤੇ ਕਿਹੜੀਆਂ ਕਿਹੜੀਆਂ ਫਿਲਮਾਂ ਬਣੀਆਂ ਹਾਲੀਵੁੱਡ ਦੀਆਂ ਵੱਡੀਆਂ ਵੱਡੀਆਂ ਸੁਪਰ ਹਿੱਟ ਫਿਲਮਾਂ ਇਸੇ ਤੇ ਬਣੀਆਂ ਵੱਡੇ ਵੱਡੇ ਡਾਇਰੈਕਟਰ ਨੇ ਯਾਰ ਹੈ ਕਿਹੜੀਆਂ ਹਾਲੀਵੁੱਡ ਉਹੀ ਯਾਰ ਅਮਰੀਕਾ ਦੀਆਂ ਫਿਲਮਾਂ ਜਿੱਤੇ ਚੋਰ ਬੋਲਦੇ ਨਹੀਂ ਕਰਦੇ ਹੁੰਦੇ ਗੋਰੇ ਉਹ ਫਿਲਮ ਬੋਲਮ ਨਹੀਂ ਮੈਂ ਕਰਦਾ ਆਹ ਮੇਰੀ ਮੇਰੀ ਗੱਲ ਸੁਣੋ ਸਰ ਦੇਖੋ ਪਹਿਲੀ ਵਾਰੀ ਵੱਡੀ ਪੰਜਾਬੀ ਫਿਲਮ ਆਪਾਂ ਇਸ ਤੇ ਬਣਾ ਰਹੇ ਹਾਂ ਉਹ ਵੀ ਤੁਹਾਡੀ ਕਰਨਾ ਕੰਮ ਕਿ ਨਹੀਂ ਕਰਨਾ ਮੈਨੂੰ ਬਣਾ ਲੈ ਯਾਰ ਇੱਕ ਸੀਨ ਤਾਂ ਕਰਕੇ ਦੇਖ ਲੈ ਬਾਈ ਇੱਧਰ ਦੇਖ ਅੱਧਾ ਢਿੱਡ ਲਈ ਫਿਰਦਾ ਯਾਰ ਮੈਂ ਕਰ ਲਓ ਹਾਂ ਚੱਲ ਠੀਕ ਹੈ ਸਰ ਹੀਰੋਨ ਲੈ ਕੇ ਆਓ ਹਾਂ ਹਾਂ ਚੱਲ ਠੀਕ ਹੈ ਓਕੇ ਫਰੇਮ ਖਾਲੀ ਕਰੋ ਚਲੋ ਹੈਂਡ ਪੂਰਾ ਵਧੀਆ ਉਰੇ ਖੜ ਇਹ ਲੈ ਫੇਸ ਕਰੋ ਨਾ ਫੇਸ ਓ ਇਹ ਫੇਸ ਹੈ ਫੇਸ ਕਰ ਫੇਸ ਓ ਫੇਸ ਹੈ ਬਥਾਣਾ ਕਰ ਤੇਰਾ ਬਥਾਣਾ ਓ ਫਿਰ ਤੂੰ ਮੂੰਹ ਨਹੀਂ ਕਹਿ ਸਕਦਾ ਹਾਂ ਹਾਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬੋਦਾ ਜੀ ਇਸਕੋ ਫਰੇਮ ਮੇ ਰੱਖੋ ਮੈਂ ਲੜਕੀ ਕੋ ਭੇਜਤਾ ਜੀ ਸਰ ਜੀ ਸਰ ਰੋਜੀ ਜੀ ਤੁਮਨੇ ਜਾ ਕੇ ਹੀਰੋ ਕੇ ਅੱਗੇ ਖਲੋ ਜਾਣਾ ਹੈ ਇੱਥੇ ਖੜਾ ਰਹਾ ਮੈਂ ਸਸਰੀ ਕਰੈਕਟਰ ਜੀ ਅੱਛਾ ਮੈਂ ਹੀਰੋ ਹਾਂ ਓ ਕੁਲਚੇ 버ਗਰ ਇੱਧਰ ਦੇਖ ਕਿਨੂੰ ਕਹਿੰਦਾ ਤੁਮਨੇ ਕੁੜੀ ਕੇ ਪਿੱਛੇ ਪਿੱਛੇ ਜਾਣਾ ਹੈ ਮੈਨੂੰ ਕਹਿਣਾ ਹਾਂ ਆ ਮੇਰੇ ਪਿੱਛੇ ਰਹਿਣਾ ਚਲੋ ਇਹਦੇ ਪਿੱਛੇ ਪਿੱਛੇ ਤੁਰਨਾ ਹੈ ਬਤਾ ਰੋਜੀ ਜੀ ਕੀ ਕਰਨਾ ਆ ਮੇਰੇ ਪਿੱਛੇ ਚੱਲਣਾ ਮੇਰੀ ਗੱਲ ਸੁਣ ਲੈ ਸਾਡੇ ਪਿੰਡਾਂ ਪੁੰਡਾਂ ਵਾਲੇ ਨਹੀਂ ਪਿੱਛੇ ਤੁਰਦੇ ਹੁੰਦੇ ਮੈਂ ਤਾਂ ਮੂਹਰੇ ਤੁਰੂੰਗਾ ਕਿੱਦਾਂ ਗੱਲ ਕਰ ਰਹੇ ਬਦਤਮੀਜ਼ੇਟਿਡ ਇਨਸਾਨ ਕੀ ਕਹਿੰਨੀ ਆ ਫਿਰ ਬੋਲੋ ਇਸ ਕੋ ਪਤਾ ਲੱਗੇ ਬੇਵਕੂਫ ਇਡੀਅਟ ਇਨਸਾਨ ਗਾਲ ਦਿੰਨੀ ਆ ਤੂੰ ਸਾਡੇ ਪਿੰਡਾਂ ਦਾ ਵੀ ਗਾਲ ਖਾਂਦਾ ਕੋਈ ਓ ਮਾਰ ਕਰ ਦਿਆ ਤੂੰ ਤੇਰੀ ਇੰਨੀ ਹਿੰਮਤ ਤੂੰ ਸਾਡੀ ਹੀਰੋਇਨ ਦੇ ਚਪੇੜ ਮਾਰੀ ਤੂੰ ਮਾਲ ਕਰਦਾ ਆ ਓ ਸਾਡੇ ਡਾਇਰੈਕਟਰ ਨੂੰ ਮਾਰਦਾ ਤੂੰ ਇੱਧਰ ਆ ਓ ਬੈਕ ਅਪ ਬੈਕ ਅਪ ਭੁੱਲ ਨਹੀਂ ਆ ਗਏ ਓ ਕੋਈ ਜਮ ਨਹੀਂ ਆ ਬੈਕ ਅਪ ਓ ਚੱਕ ਕੋ ਕਿਹੜੀਆਂ ਖਿੰਡੀਆਂ ਪਵਾਏਗਾ ਮੇਰਾ ਸਾਰਿਆ ਬਿਲਾ ਕਿੱਡ ਬੋਤਾ ਮੇਰਾ ਹੱਥ ਨਾਲ ਜੋੜ ਚੂਹੇ ਮਾਰਨੀਆਂ ਤੇ ਗੋਲੀਆਂ ਲਿਆ ਦੋ ਇੱਕ ਤੇ ਮੈਨੂੰ ਗਵਾ ਦੇ ਨਾਲੇ ਆਪ ਖਾ ਕੇ ਮਰ ਜਾ ਓ ਬਾਈ ਓ ਖੜਾ ਹੋ ਐ ਨਹੀਂ ਹਿੰਮਤ ਆ ਰਿਹਾ ਕਰਦੇ ਓਏ ਉਹ ਬੰਦਾ ਕਹਦਾ ਜਿਹੜਾ ਹਿੰਮਤ ਹਾਰ ਜੇ ਮੇਰੇ ਯਾਰ ਕਮਾਲ ਕਰਦਾ ਅੱਜ ਨਹੀਂ ਜੇ ਕੱਲ ਨੂੰ ਖੜਾ ਖੜਾਓ ਕਿਡਨੀ ਆ ਗਈ ਹੈ ਤਾਨੂੰ ਆ ਗਈ ਕਿਡਨੀ ਮੇਰੀ ਗੱਲ ਸੁਣ ਹਿੰਮਤ ਨਹੀਂ ਹਾਰਿਆ ਕਰਦੇ ਵੱਡੇ ਭਾਈ ਪਤਾ ਕੀ ਆ ਨਾ ਆਪਾਂ ਫਿਲਮ ਤਾਂ ਪੱਕੀ ਬਣਾਵਾਂਗੇ ਇਹ ਭੱਜ ਗਏ ਮੇਰੇ ਸਾਲੇ ਹੈ ਆਪਾਂ ਹੋਰ ਡਾਇਰੈਕਟਰ ਲਿਆਵਾਂਗੇ ਚਾਹੇ ਮੇਰੇ ਮੇਰੀ ਗੱਲ ਸੁਣ ਪੈਸੇ ਤਾਂ ਆ ਜਾਣਗੇ ਚਾਹੇ ਤੇਰੀ ਦੂਜੀ ਕਿਡਨੀ ਵੇਚਣੀ ਪੈ ਜਾਵੇ ਫਿਲਮ ਜ਼ਰੂਰ ਬਣਾਵਾਂਗੇ